ਕਮੈਂਟ ਕਰਕੇ ਵਧਾਈਆਂ ਤੁਸੀਂ ਦੇਣੀਆਂ ਅਤੇ ਕੁਆਲਿਟੀ ਤੁਸੀਂ ਦੱਸਣੀ ਆ। ਹਜੇ 1080 'ਤੇ ਕੀਤੀ ਹੈ ਮੈਂ ਅਤੇ ਬਾਕੀ ਐਨ ਓਕੇ ਆ ਅਤੇ ਕੰਡੀਸ਼ਨ ਪੂਰੀ ਤੁਹਾਡੇ ਸਾਹਮਣੇ ਆ, ਦੇਖ ਲਓ ਐਨ ਸਾਫ਼ ਪਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ, ਸਾਰੇ ਠੀਕ ਠਾਕ ਹੋ ਅਤੇ ਆਪਾਂ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ 'ਚ। ਅਤੇ ਅੱਜ ਹੈਗੀ ਸੀ ਆਪਣੇ ਦਿਲਪ੍ਰੀਤ ਖੁਸ਼ਪ੍ਰੀਤ ਦੀ ਪੇਰੈਂਟਸ ਮੀਟਿੰਗ, PTM ਜਿਹਨੂੰ ਕਹਿ ਦਿੰਦੇ ਆ, ਅਤੇ ਅੱਜ ਉਹਨਾਂ ਦੇ ਪੇਪਰ ਦੇਖਣੇ ਸੀ ਅਤੇ ਹੁਣ ਆਪਾਂ ਸਕੂਲੋਂ ਜਾ ਆਏ ਹਾਂ। ਪੇਪਰ ਦੇਖ ਆਉਂਦੇ ਆ, ਖੁਸ਼ਪ੍ਰੀਤ ਆਪਣਾ ਟੋਪ ਆ ਅਤੇ ਦਿਲਪ੍ਰੀਤ ਨੇ ਵਾਧੂ ਨੰਬਰ ਲਏ ਆ, ਪਰ ਖੁਸ਼ਪ੍ਰੀਤ 20 ਜੋ 20। ਅਤੇ ਕੰਮ ਇੱਧਰੋਂ ਸਾਰਾ ਡਨ ਹੋ ਗਿਆ, ਅੱਜ ਮੌਸਮ ਵੀ ਥੋੜ੍ਹਾ ਠੰਡਾ ਅਤੇ ਆਇਆ ਵੀ ਮੋਟਰਸਾਈਕਲ 'ਤੇ ਲੱਗਦੀ ਆ ਠੰਡ। ਅਤੇ ਹੁਣ ਆਪਾਂ ਜਿਹੜਾ ਆਪਾਂ ਲੈਪਟੋਪ ਦੀ 1-2 ਦਿਨਾਂ ਪਹਿਲਾਂ ਗੱਲਬਾਤ ਚੱਲਦੀ ਪਈ ਸੀ ਆਪਣੀ ਕਿਤੇ ਲੈਪਟੋਪ ਦੀ, ਅਤੇ ਅੱਜ ਆਪਣਾ ਲੈਪਟੋਪ ਆਉਂਦਾ ਪਾ ਲੁਧਿਆਣਿਓ, ਅਤੇ ਹੁਣ ਆਪਾਂ ਇੱਥੋਂ ਸਿੱਧਾ ਹੀ ਮੋਦੀਕਿਓਂ ਜਾਣਾ ਬਾਘੇ ਪੁਰਾਣੇ ਆਪਣਾ ਲੈਪਟੋਪ ਆਉਂਦਾ ਪਿਆ, ਅਤੇ ਉੱਥੋਂ ਆਪਾਂ ਪਿੱਕ ਕਰਦੇ ਹਾਂ। ਅਤੇ ਹੁਣ ਆਪਾਂ ਚੱਲਦੇ ਹਾਂ ਸਿੱਧਾ ਬਾਘੇ ਪੁਰਾਣੇ, ਅਤੇ ਬਾਕੀ ਦੀਆਂ ਗੱਲਾਂ ਆਪਾਂ ਬਾਅਦ 'ਚੋਂ ਕਰਦੇ ਹਾਂ। ਅਤੇ ਹੁਣ ਆਪਾਂ ਕਿਹੜਾ ਪਹੁੰਚੀਏ, ਕਿਉਂਕਿ ਬੱਸ 'ਤੇ ਆ ਰਿਹਾ ਅਤੇ ਆਪਾਂ ਹੋ ਜਾਣਾ ਲੇਟ, ਅਤੇ ਜੋਬਨ ਲੈ ਕੇ ਆਉਂਦਾ, ਬਾਕੀ ਤੁਹਾਨੂੰ ਮੈਂ ਦੱਸੂੰਗਾ ਬਾਅਦ 'ਚੋਂ ਕਿਹੜਾ ਲਿਆ ਕੀ ਲਿਆ, ਉਹ ਜਾ ਕੇ ਫਿਰ ਘਰੇ ਜਾ ਕੇ ਦਿਖਾਵਾਂਗੇ। ਅਤੇ ਹੁਣ ਆਪਾਂ ਚੱਲਦੇ ਹਾਂ ਪਿੱਕ ਕਰ ਲਈਏ ਜਾ ਕੇ। ਲਓ ਜੀ, ਬਾਬੇ ਨਾਨਕ ਦੀ ਮਿਹਰ ਹੋ ਗਈ ਅਤੇ ਆਪਾਂ ਵੀ ਲੈਪਟੋਪ ਕਰ ਲਿਆ ਬਾਏ, ਅਤੇ ਹੁਣ ਆਪਾਂ ਚੱਲਦੇ ਪਏ ਹਾਂ ਘਰ ਨੂੰ, ਅਤੇ ਘਰ ਜਾ ਕੇ ਫਿਰ ਤੁਹਾਨੂੰ ਅਨਬੋਕਸਿੰਗ ਕਰਕੇ ਦਿਖਾਉਂਦੇ ਹਾਂ ਕਿਹੜਾ ਕਿੱਦਾਂ ਦਾ, ਕਿਹੜੀ ਕੰਪਨੀ ਦਾ, ਜੋ ਆਪਾਂ ਹੁਣ ਘਰ ਚੱਲਦੇ ਹਾਂ। ਅਤੇ ਹੈ ਵੀ ਮੈਂ ਇਕੱਲਾ ਅਤੇ ਮੈਨੂੰ ਪਿੱਕ ਕਰਨਾ ਵੀ ਔਖਾ ਹੋਇਆ ਪਿਆ, ਅਤੇ ਚਲੋ ਹੌਲੀ ਹੌਲੀ ਚੱਲਦੇ ਹਾਂ ਆਪਾਂ ਪਿੰਡ ਨੂੰ, ਅਤੇ ਘਰ ਜਾ ਕੇ ਹੀ ਮਿਲਦੇ ਹਾਂ ਤੁਹਾਨੂੰ। ਚਲੋ ਬਾਬਾ ਮਿਹਰ ਕਰੇ, ਤਰੱਕੀਆਂ ਬਖਸ਼ੇ। ਆਪਾਂ ਪਹੁੰਚ ਗਏ ਹਾਂ ਘਰੇ ਅਤੇ ਹੁਣ ਇਹਨੂੰ ਕਰਦੇ ਹਾਂ ਅਨਬੋਕਸਿੰਗ। ਕਿਵੇਂ ਉਸਤਾਦ? ਹਾਏ ਹਾਏ, ਬਾਬਾ ਮਿਹਰ ਕਰੇ ਬਾਈ। ਚਲੋ ਓਪਨ ਕਰ ਗਏ ਇਹਨੂੰ, ਹੁਣ ਚਲਾਈਏ। ਲਓ ਜੀ, ਕਿਵੇਂ ਲੱਗਾ? ਲਓ ਜੀ, ਹੁਣ ਆਪਾਂ ਕਰਦੇ ਹਾਂ ਓਪਨ। ਲਓ ਜੀ, ਬਾਬੇ ਦੀ ਮਿਹਰ ਹੋਈ ਆ, ਆਪਾਂ ਵੀ ਲੈਪਟੋਪ ਵਾਲੇ ਹੋਏ। ਬਾਬਾ ਹੁਣ ਮਿਹਰ ਕਰੇ ਅਤੇ ਵਧੀਆ ਚੱਲੇ, ਅਤੇ ਬਾਕੀ ਇਹਦੇ ਬਾਰੇ ਡਿਸਕਸ ਮੈਂ ਬਾਅਦ 'ਚੋਂ ਕਰੂੰਗਾ, ਕੇਰਾ ਹੁਣ ਮੈਨੂੰ ਇਹਨੂੰ ਚਲਾ ਲੈਣ ਦਿਉ। ਸਹੀ ਕਿ ਨਹੀਂ ਉਸਤਾਦ? ਕਿਵੇਂ ਲੱਗਾ? ਵਧੀਆ, ਐਨ ਪੂਰਾ ਓਕੇ ਆ, ਜਮਾਂ ਨਵਾਂ ਹੀ ਜੀ। ਸਾਰਾ ਕੰਮ ਹੋ ਗਿਆ ਡਨ ਅਤੇ ਉਸਤਾਦ ਜੀ, ਅਸੀਂ ਆਪਣਾ ਹੀ ਵਲੌਗ ਕਰ ਲਿਆ ਪਲੇ, ਅਤੇ ਕੁਆਲਿਟੀ ਤੁਸੀਂ ਦੱਸਿਓ ਬਈ ਕਿਵੇਂ ਲੱਗਦੀ ਹੈ। ਕਿਵੇਂ ਲੱਗਾ ਉਸਤਾਦ? ਉਸਤਾਦ ਸਾਡਾ ਅੱਜ ਰਜਾਈ 'ਚ ਪਿਆ, ਠੰਡ ਲੱਗਦੀ? ਇਹ ਜਿੱਦਾਂ ਦਾ ਲਿਆਂਦਾ ਤੂੰ ਪਈ ਨਹੀਂ ਹੈ ਨਾ। ਲਓ ਜੀ, ਕੇਬਲਾਂ ਵਗੈਰਾ ਸਾਰਾ ਲੈ ਆਉਂਦਾ ਅਤੇ ਆਪਾਂ ਚਾਰਜਿੰਗ ਲਾ ਲਿਆ। ਹੁਣ ਤੁਸੀਂ ਕਮੈਂਟ ਕਰਕੇ ਵਧਾਈਆਂ ਤੁਸੀਂ ਦੇਣੀਆਂ ਅਤੇ ਕੁਆਲਿਟੀ ਤੁਸੀਂ ਦੱਸਣੀ ਆ। ਹਜੇ 1080 'ਤੇ ਕੀਤੀ ਹੈ ਮੈਂ ਅਤੇ ਬਾਕੀ ਐਨ ਓਕੇ ਆ, ਅਤੇ ਕੰਡੀਸ਼ਨ ਪੂਰੀ ਤੁਹਾਡੇ ਸਾਹਮਣੇ ਆ, ਦੇਖ ਲਓ ਐਨ ਸਾਫ਼ ਪਿਆ। ਸਿਰਫ ਅਤੇ ਸਿਰਫ
11-12 ਮਹੀਨੇ ਹੋਏ ਆ, ਜਾਣੀ 1 ਸਾਲ ਹੀ ਹੋਇਆ ਲੈਪਟਾਪ ਆਏ ਨੂੰ। ਤੇ ਆਪਣੇ ਭਾਂਜੇ ਦੇ ਕੋਲੇ ਹੀ ਸੀਗਾ, ਉਹਦੇ ਯਾਰ ਬੇਲੀ ਕੋਲੇ, ਤੇ ਉਹਨੇ ਆਪਾਂ ਨੂੰ ਦਵਾਇਆ, ਤੇ ਥੈਂਕ ਯੂ ਵੀਰ ਦਾ। ਤੇ ਲਓ ਜੀ ਘੈਂਟ ਆ, ਕਿਵੇਂ ਉਸਤਾਦ ਜੀ? ਹੁਣ ਤੁਹਾਨੂੰ ਜਿਹੜੇ ਵਲੌਗ ਵੇਖਣ ਨੂੰ ਮਿਲਣਗੇ ਇਸ ਤੋਂ ਅੱਗੇ, ਤੇ ਉਹ ਇਹਦੇ 'ਤੇ ਐਡਿਟ ਕਰਿਆ ਕਰਾਂਗੇ, ਹਾਲੇ 1-2 ਦਿਨ ਠਹਿਰ ਕੇ ਐਡਿਟ ਕਰਾਂਗੇ। ਤੇ ਬਾਕੀ ਬਾਬਾ ਮਿਹਰ ਕਰੇ ਬਾਈ ਜੀ, ਬਾਬਾ ਮਿਹਰ ਕਰੇ, ਤੇ ਰੱਬ ਦਾ ਲੱਖ ਲੱਖ ਸ਼ੁਕਰ ਆ। ਚਲੋ ਲੈਪਟਾਪ ਬਿਨਾ ਆਪਣਾ ਬਾਈ ਨਹੀਂ ਸੀ ਸਰਦਾ, ਹੁਣ ਜੋ ਵੀ ਡਾਟਾ ਹੋਊਗਾ ਇਹ 'ਚ ਰੱਖ ਲਿਆ ਕਰਾਂਗੇ, ਐਡਿਟ ਕਰ ਲਿਆ ਕਰਾਂਗੇ, ਅਪਲੋਡ ਵੀ ਇੱਥੇ ਕਰਿਆ ਕਰਾਂਗੇ, ਕਿਉਂਕਿ ਫੋਨ 'ਤੇ ਲੋਡ ਆਪਾਂ ਜ਼ਿਆਦਾ ਸੀਗਾ, ਅਤੇ ਹੁਣ ਥੋੜ੍ਹਾ ਜਿਹਾ ਰਿਲੈਕਸ ਹੋ ਜਾਊਗਾ ਮੇਰਾ ਫੋਨ ਵੀ। ਅਤੇ ਬਾਕੀ ਬਾਬਾ ਮਿਹਰ ਕਰੇ ਵੀ ਇੱਦਾਂ ਹੀ ਚੀਜ਼ਾਂ ਲੈਂਦੇ ਰਹੀਏ, ਅਤੇ ਰੱਬ ਖੁਸ਼ੀਆਂ ਬਖਸ਼ਦਾ ਰਹੇ, ਸਭ ਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀਆਂ ਕਲਾਂ ਬਖਸ਼ੇ। ਅਤੇ ਬਸ ਕਿਆ ਕਹਿਣ ਦੀਆਂ ਗੱਲਾਂ ਹੀ ਆ, ਬਾਕੀ ਤੁਸੀਂ ਕਮੈਂਟਾਂ 'ਚ ਦੱਸ ਦਿਆ ਜੋ, ਵਧਾਈਆਂ ਬਾਈ ਤੁਸੀਂ ਦੇਣੀਆਂ ਹਰ ਇੱਕ ਵੀਰ ਨੇ ਬਾਈ, ਕਮੈਂਟ ਕਰਨਾ, ਲਾਈਕ ਕਰਨਾ ਅਤੇ ਸ਼ੇਅਰ ਵੀਡੀਓ ਆਪਣੀ ਜ਼ਰੂਰ ਕਰਨੀ ਆ। ਅਤੇ ਬਾਬਾ ਮਿਹਰ ਕਰੇ ਬਾਈ, ਲੱਭ ਜੂਗਾ ਸਾਰਿਆਂ ਨੂੰ ਟਰੱਕ ਭਰ ਕੇ। ਲੈ ਬਈ ਜਾਂਦੇ ਫੌਜਦਾਰ ਲਾਈਆਂ ਪੂਰੀਆਂ ਖੁਸ਼ ਹੋਈਆਂ ਫਿਰਦੀਆਂ, ਹੈਂ ਖੁਸ਼ ਇਹ ਕਹਿੰਦੀਆਂ ਵੀ ਹੁਣ ਕੁਛ ਨਾ ਕੁਛ ਖਾਣਾ। ਮੈਂ ਕਰਦਿਆਂ ਕਰਾਉਂਦੇ ਨੇ 4:30 ਵਜੇ ਆਉਂਦੇ ਆ, ਅਤੇ ਮੈਂ ਲੈਪਟਾਪ ਚਲਾ ਚਲਾ ਮੈਨੂੰ ਲੱਗਦਾ ਵੀ ਅੱਖਾਂ ਹੀ ਖਰਾਬ ਕਰ ਲੈਣੀਆਂ, ਕਿਉਂਕਿ ਨਵੇਂ ਨਵੇਂ ਦਾ ਚਾਰਜ ਆ ਹੁੰਦਾ, ਚਾਰਜ ਇਹ 'ਚ ਆਪਾਂ ਚਲਾਈ ਜਾਂਦੇ ਹਾਂ। ਹਾਂ ਮੈਂ ਜਦੋਂ ਦਾ ਆਇਆ ਉਦੋਂ ਦਾ ਸੈਟਿੰਗ ਹੀ ਕਰੀ ਜਾਂਦਾ, ਅਤੇ ਚਾਹ ਹੁੰਦਾ ਹੀ ਆ, ਚਾਹ ਹੁੰਦਾ ਹੀ ਆ ਬਈ ਹੁੰਦਾ। ਹੁਣ ਚੱਲੀਏ ਫਿਰ, ਕੀ ਪਾਰਟੀ ਵੀ ਬੰਦੀ ਆ, ਪੀ ਏ ਟੀ ਆਈ। ਚਲ ਫਿਰ ਆ ਜਾ, ਚਲੋ ਬਈ ਚੱਲੀਏ। ਹਟਦੀਆਂ ਬਈ, ਬੱਚੇ ਵਾਕਿਆ ਨਹੀਂ ਹਟਦੇ, ਆਪ ਤਾਂ ਭਾਵੇਂ ਨਾ ਖਾਣਾ ਹੋਵੇ। ਇਹ ਗੋਲੂ ਮੋਲੂ ਜੇ ਨਹੀਂ ਸਾਡੇ ਸੂਟ ਆਉਂਦੇ, ਹੈ ਗੋਲੂ ਮੋਲੂ ਖਾ ਲਓ ਪੈਟੀਸ, ਉਸਤਾਦ ਸਾਡੇ ਦੇ ਦੇ ਟਿੱਕੀ। ਲਓ ਜੀ ਉਸਤਾਦ ਜੀ, ਟਿੱਕੀ ਅਸੀਂ ਤਾਂ ਖਾਏ ਉੱਥੇ ਹੀ, ਮੈਂ ਤਾਂ ਖੁਸ਼ ਤਾਂ, ਹਨਾ ਵੀ ਖੁਸ਼ ਸਾਡਾ ਖੁਸ਼ਪ੍ਰੀਤ ਵੇਖ ਲੋ ਬਈ, ਅੱਜ ਟਾਈਮ ਕਿੰਨਾ ਹੋ ਗਿਆ, 8:30 ਵੱਜ ਗਏ ਆ, ਤੇ ਖੁਸ਼ ਹੈ ਸਾਡਾ ਲੈਪਟਾਪ ਹੀ ਵੇਖੀ ਜਾਂਦਾ, ਹੈ ਖੁਸ਼ ਹੈ। ਕਿਵੇਂ ਆ ਫਿਰ, ਓਕੇ ਗੱਲਬਾਤ ਆ? ਲਓ ਜੀ ਅਸੀਂ ਸਾਰੀਆਂ ਸੈਟਿੰਗਾਂ ਸੂਟਿੰਗਾਂ ਕਰ ਲਈਆਂ ਇਹਦੀਆਂ, ਸਾਰੇ ਸੋਫਟਵੇਅਰ ਕਰ ਲਏ ਡਾਊਨਲੋਡ, ਅਤੇ ਅੱਜ ਦਾ ਜਿਹੜਾ ਵਲੌਗ ਹੁਣ ਤੁਸੀਂ ਆਹ ਜਿਹੜਾ ਵੇਖੋਗੇ, ਇਹ ਤਾਂ ਤੁਸੀਂ ਮੋਬਾਈਲ 'ਤੇ ਐਡਿਟ ਦੇਖੋਗੇ, ਇਸ ਤੋਂ ਬਾਅਦ ਜਿਹੜੇ ਆਉਣਗੇ ਉਹ ਆਪਾਂ ਲੈਪਟਾਪ 'ਤੇ ਕਰਾਂਗੇ, ਠੀਕ ਆ ਵੀ ਖੁਸ਼ੀ? ਹੁਣ ਅਸੀਂ ਖੁਸ਼ਪ੍ਰੀਤ ਨੂੰ ਵੀ ਸਿਖਾ ਦੇਣਾ। ਹਾਂਜੀ ਠੀਕ ਤਾਂ ਜੀ, ਹੋਰ ਜੀ ਮੈਨੂੰ ਤਾਂ ਖੁਸ਼ ਨੂੰ ਚਾਹ ਬਹੁਤ ਆ, ਇੱਧਰ ਦਿਲ ਪ੍ਰੀ ਸਾਡਾ ਕਿਵੇਂ ਹੋ? ਠੀਕ ਆ ਪੂਰਾ ਓਕੇ, ਪਰ ਮੈਨੂੰ ਮੋਬਾਈਲ ਨਾਲੋਂ ਹਾਲੇ ਮੈਨੂੰ ਜਾਣੀ ਇਹ ਔਖਾ ਜਿਹਾ ਲੱਗਦਾ, ਤੇ ਬਾਕੀ ਚਲੋ ਬਹੁਤ ਹੀ ਹੋਈ ਜਾਂਦਾ ਵੀ ਜਾਣੀ ਹਜੇ ਆਪਾਂ ਥੋੜਾ ਜਿਹਾ ਚ ਔਖਾ ਜਿਹਾ ਲੱਗਦਾ। ਹਾਂ ਫਿਰ ਹੌਲੀ ਹੌਲੀ ਹੱਥ ਜਿਹਾ ਸੈਟਿੰਗ ਆ ਜੂਗੀ, ਹਜੇ ਮੈਨੂੰ ਹਾਂ ਮੈਨੂੰ ਹਜੇ ਮੋਬਾਈਲ ਜਿਹਾ ਹੀ ਸੌਖਾ ਲੱਗਦਾ, ਅਤੇ ਬਾਕੀ ਇਹ 'ਤੇ ਐਡਿਟ ਵਧੀਆ ਹੋਇਆ ਕਰੂਗੀ। ਬਾਕੀ ਮੈਨੂੰ ਤਾਂ ਖੁਸ਼ ਨੂੰ ਅੱਜ ਨੀਂਦ ਨਹੀਂ ਆਉਣੀ, ਹੈ ਖੁਸ਼ ਅੱਜ ਆਪਾਂ ਨੂੰ ਨੀਂਦ ਨਹੀਂ ਆਉਣੀ, ਹੈ ਨਾ? ਧੰਨ ਮੇਰੇ ਦਸਵੇਂ ਪਾਤਸ਼ਾਹ,
ਲਓ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਜੋ, ਅਤੇ ਅੱਜ ਵਾਲਾ ਵਲੋਗ ਛੋਟਾ ਹੀ ਹੋਊਗਾ ਅਤੇ ਇੰਨਾ ਕੀ ਕਬੂਲ ਕਰਿਆ ਜੋ, ਅਤੇ ਮਿਲਦੇ ਹਾਂ ਫਿਰ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ। ਵੀਡੀਓ ਅੱਜ ਵਾਲੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਜੋ, ਅਤੇ ਨਵੀਆਂ ਨਵੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ। ਅੱਜ ਪਤਾ ਨਹੀਂ ਵਲੋਗ ਕਿੱਧਰੋਂ ਸ਼ੁਰੂ ਹੋਇਆ ਅਤੇ ਕਿੱਧਰ ਨੂੰ ਸਟਾਰਟ ਹੋਇਆ ਅਤੇ ਕਿੱਧਰ ਨੂੰ ਅੜ ਗਿਆ, ਇਹ ਮੈਨੂੰ ਨਹੀਂ ਪਤਾ। ਹੁਣ ਮੈਂ ਐਡਿਟ ਕਰਦਾ ਅਤੇ ਤੁਹਾਡੇ ਵਾਸਤੇ ਅਪਲੋਡ ਕਰਦਾ, ਅਤੇ ਜਿਹੜਾ ਅਗਲਾ ਵਲੋਗ ਹੋਊਗਾ ਆਪਾਂ ਲੈਪਟੋਪ 'ਤੇ ਐਡਿਟ ਕਰਾਂਗੇ, ਅਤੇ ਬਾਕੀ ਹੌਲੀ ਹੌਲੀ ਹੱਥ ਜਿਹਾ ਟਿਕ ਜੂਗਾ। ਅਤੇ ਅੱਜ ਸੱਚੀ ਪੁੱਛੋ ਤਾਂ ਮੈਂ ਦੁਪਹਿਰੇ 1 ਵਜੇ ਲੈ ਕੇ ਆ ਗਿਆ ਸੀ ਲੈਪਟੋਪ 'ਤੇ।